ਪਾਸਟਰ ਨੇ ਸਾਡੇ ਜਿਹੜੇ ਭਾਈ ਸਾਹਿਬ ਨੇ ਇਹਨਾਂ ਦੀ ਬੇਟੀ ਦਾ ਵਿਆਹ ਕਰਵਾਇਆ ਅਤੇ ਉਹਨਾਂ ਦਾ ਧਰਮ ਪਰਤਨ ਕਰਵਾਇਆ। ਕਿਉਂਕਿ ਇਹ ਦੇਖਿਆ ਜਾ ਰਿਹਾ ਵਾ ਕਿ ਵੀ ਕ੍ਰਿਸ਼ਨ ਪਾਸਟਰਾਂ ਵੱਲੋਂ ਲਗਾਤਾਰ ਹੀ ਕਿਸੇ ਨਾ ਕਿਸੇ ਅੰਧ ਵਿਸ਼ਵਾਸ 'ਚ ਫੈਲਾ ਕੇ ਲੋਕਾਂ ਦਾ ਕਨਵਰਜਨ ਜਿਹੜਾ ਬਹੁਤ ਵੱਡੇ ਲੈਵਲ 'ਤੇ ਕਰਾਇਆ ਜਾ ਰਿਹਾ ਵਾ। ਉਹ ਧੱਕੇ ਦੇ ਨਾਲ ਇਹ ਇਹਨਾਂ ਦੀ ਬਿੱਲ ਆ ਕੇ ਵਿਆਹ ਕਰਵਾ ਦਿੱਤਾ। ਬਹੁਤ ਵੱਡੇ ਲੈਵਲ 'ਤੇ ਜਿਹੜਾ ਲੋਕਾਂ ਦਾ ਕਿਹੜਾ ਕਨਵਰਜਨ ਕੀਤਾ ਜਾ ਰਿਹਾ ਵਾ ਔਰ ਕੁੜੀਆਂ ਮੁੰਡਿਆਂ ਨੂੰ ਵੀ ਇਸ ਵਿਸ਼ੇ 'ਚ ਫਸਾਇਆ ਜਾ ਰਿਹਾ ਵਾ। ਮੇਰਾ ਨਾਮ ਬਾਬਾ ਸੰਨੀ ਸੋਤਾ, ਵਾਈਸ ਚੇਅਰਮੈਨ ਪੰਜਾਬ ਭਗਵਾਨ ਵਾਲਮੀਕ ਸ਼ਕਤੀ ਦਲ ਤੋਂ। ਜੋ ਮਸੀਹ ਪਾਸਟਰ ਨੇ ਉਹਨਾਂ ਨੇ ਆਪਣਾ ਇਹ ਸਾਡੇ ਜਿਹੜੇ ਭਾਈ ਸਾਹਿਬ ਨੇ ਇਹਨਾਂ ਦੀ ਬੇਟੀ ਦਾ ਵਿਆਹ ਕਰਵਾਇਆ ਅਤੇ ਉਹਨਾਂ ਦਾ ਧਰਮ ਪਰਤਨ ਕਰਵਾਇਆ। ਬਹੁਤ ਹੀ ਗਲਤ ਗੱਲ ਹੈ ਜੀ, ਗਲਤ ਗੱਲ ਹੈ। ਪਾਸਟਰ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ ਸੀ। ਉਹ ਧੱਕੇ ਦੇ ਨਾਲ ਇਹਨਾਂ ਦੀ ਲੜਕੀ ਨੂੰ ਬਹਿਲਾ ਕੇ ਵਿਆਹ ਕਰਵਾ ਦਿੱਤਾ, ਜੋ ਬਹੁਤ ਹੀ ਗਲਤ ਗੱਲ ਹੈ। ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਦੇ ਵੀ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਪਾਸਟਰ 'ਤੇ। ਜੇ ਨਹੀਂ ਕਾਰਵਾਈ ਕਰਨਗੇ ਫਿਰ ਅਸੀਂ ਧਰਨਾ ਰੋਸ ਪ੍ਰਦਰਸ਼ਨ ਕਰਾਂਗੇ, ਕਿਉਂਕਿ ਦਿਨੋ ਦਿਨ ਪਾਸਟਰ ਧਰਮ ਪਰਿਵਰਤਨ ਬਹੁਤ ਜ਼ਿਆਦਾ ਹੋ ਰਿਹਾ, ਜੋ ਕਿ ਨਹੀਂ ਹੋਣਾ ਚਾਹੀਦਾ। ਇਹ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਨੇ। ਮੇਰਾ ਨਾਮ ਲੱਕੀ ਵਾਜੀ, ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨ। ਅੱਜ ਕਿਹੜੇ ਮੁੱਦੇ ਨੂੰ ਲੈ ਕੇ ਅੱਜ ਜੀ ਮਸਲਾ ਜੀ ਲਵ ਜਹਾਦ ਦਾ, ਜਿਹੜਾ ਕ੍ਰਿਸ਼ਨ ਪਾਸਟਰ ਜਿਹੜਾ ਹੈਗਾ ਵਾ ਨਾ ਚਿੰਤਕੋਟ ਤੋਂ ਵਾ। ਕਿਉਂਕਿ ਇਹ ਦੇਖਿਆ ਜਾ ਰਿਹਾ ਵਾ ਕਿ ਵੀ ਕ੍ਰਿਸ਼ਨ ਪਾਸਟਰਾਂ ਵੱਲੋਂ ਲਗਾਤਾਰ ਹੀ ਕਿਸੇ ਨਾ ਕਿਸੇ ਅੰਧ ਵਿਸ਼ਵਾਸ 'ਚ ਫੈਲਾ ਕੇ ਲੋਕਾਂ ਦਾ ਕਨਵਰਜਨ ਜਿਹੜਾ ਬਹੁਤ ਵੱਡੇ ਲੈਵਲ 'ਤੇ ਕਰਾਇਆ ਜਾ ਰਿਹਾ ਵਾ। ਕਦੀ ਬਿਮਾਰੀਆਂ ਦਾ ਜਾਂ ਕਦੀ ਭੂਤ ਪ੍ਰੇਤਾਂ ਦਾ ਕਰਕੇ ਕਿਸੇ ਤਰੀਕਾ ਦਾ ਵੀ ਨਾ ਲੋਕਾਂ ਨੂੰ ਵਰਗਲਾ ਕੇ ਜਿਹੜਾ ਇਹ ਕਨਵਰਜਨ ਕਰਵਾਇਆ ਜਾ ਰਿਹਾ ਵਾ। ਔਰ ਲਵ ਜਹਾਦ ਦਾ ਜਿਹੜਾ ਮੁੱਦਾ ਇਸ ਟਾਈਮ ਬਹੁਤ ਜ਼ਿਆਦਾ ਭੱਖਿਆ ਪਿਆ ਵਾ। ਔਰ ਇਹ ਹਰਜੀਤ ਸਿੰਘ ਜੀ ਆ, ਇਹਨਾਂ ਦੀ ਬੇਟੀ ਜਿਹੜੀ ਆ ਇਬਨ ਕਲਾਂ ਨਿਵਾਸੀ ਆ। ਇਹ ਲਵ ਜਹਾਦ ਦੇ ਵਿੱਚ ਇਹਨਾਂ ਦੀ ਬੇਟੀ ਨੂੰ ਫਸਾਇਆ ਗਿਆ ਵਾ। ਲੜਕਾ ਜਿਹੜਾ ਵਾ ਲਖਬੀਰ ਮਸੀਹ ਆ, ਉਸੇ ਹੀ ਪਿੰਡ ਦੇ ਵਿੱਚ ਇਬਨ ਕਲਾਂ ਦੇ ਵਿੱਚ ਉਹਦੀ ਦੁਕਾਨ ਵੀ ਆ ਔਰ ਉਸੇ ਹੀ ਪਿੰਡ ਦਾ ਉਹ ਵਾਸੀ ਆ। ਅਤੇ ਜਿਹੜਾ ਵਾ ਧਰਮ ਪਰਿਵਰਤਨ ਦੇ ਵਿੱਚ ਲਵ ਜਹਾਦ ਦੇ ਵਿੱਚ ਉਹਨੂੰ ਫਸਾਇਆ ਗਿਆ ਵਾ, ਕੁੜੀ ਕਾਜਲ ਆ ਜਿਹੜੀ। ਔਰ 4 ਤਰੀਕ ਨੂੰ ਜਿਹੜੀ ਇਹ ਕੁੜੀ ਇਹਨਾਂ ਦੀ ਕੁੜੀ ਨੂੰ ਲੈ ਕੇ ਉਹ ਫਰਾਰ ਹੋ ਗਿਆ ਵਾ। ਔਰ ਇੱਥੇ ਮੈਂ ਵਿਸ਼ੇਸ਼ ਤੌਰ 'ਤੇ ਦੱਸਣ ਚਾਹਵਾਂਗਾ ਕਿ ਜਿਹੜਾ ਇਹ ਵੈਦਿਕ ਕਲਿਆਣ ਸਮਿਤੀ ਆ ਜਿਹੜੀ ਉੱਤਰ ਪ੍ਰਦੇਸ਼ ਦੀ ਆ ਜੀ, ਮਿਤੀ 4 ਤਰੀਕ ਨੂੰ ਜਿਹੜਾ ਉਹਦੀ ਮੈਰਿਜ ਹੋ ਰਹੀ ਆ ਔਰ 4 ਤਰੀਕ ਨੂੰ ਹੀ ਲੜਕੀ ਜਿਹੜੀ ਇੱਥੋਂ ਫਰਾਰ ਹੋਈ ਹੈ ਉਹਦੇ ਨਾਲ, ਮੁੰਡੇ ਦੇ ਨਾਲ। ਔਰ ਜਿਹੜੀ ਮੈਰਿਜ ਸਟੇਸ਼ਨ ਹੋਈ ਆ ਜਿਹੜੀ ਉੱਥੋਂ ਦੀ, ਉਹ ਵੀ ਮਿਤੀ 4 ਤਰੀਕ ਦੀ ਆ। ਔਰ ਇੱਥੇ ਹੀ ਆਪ ਜਿਹੜਾ ਪਰਿਵਾਰ ਨੂੰ ਜਿਹੜਾ ਖਦਸ਼ਾ ਵਾ ਕਿ ਜਿਹੜੀ ਇਹ ਇਨਫੋਰਮੇਸ਼ਨ ਹੈ ਜਿਹੜੀ ਇਹ ਬਿਲਕੁਲ ਰੋਂਗ ਹੈਗੀ ਆ, ਕਿਉਂਕਿ ਇੱਕ ਦਿਨ ਦੇ ਵਿੱਚ ਹੀ ਅੰਮ੍ਰਿਤਸਰ ਤੋਂ ਗਾਜ਼ੀਆਬਾਦ ਜਾਣਾ ਪੋਸੀਬਲ ਨਹੀਂ ਹੈਗਾ। ਵੱਡੇ ਲੈਵਲ 'ਤੇ ਜਿਹੜਾ ਲੋਕਾਂ ਦਾ ਕਿਹੜਾ ਕਨਵਰਜਨ ਕੀਤਾ ਜਾ ਰਿਹਾ ਵਾ ਔਰ ਕੁੜੀਆਂ ਮੁੰਡਿਆਂ ਨੂੰ ਵੀ ਇਸ ਵਿਸ਼ੇ 'ਚ ਫਸਾਇਆ ਜਾ ਰਿਹਾ ਵਾ। ਔਰ ਇਸ ਤੋਂ ਵੱਡਾ ਜਿਹੜਾ ਵਾ ਕਿ ਉਹ ਕੋਈ ਮੁੱਦਾ ਨਹੀਂ ਹੈਗਾ, ਜਿਹੜਾ ਨੌਜਵਾਨ ਕੁੜੀਆਂ ਮੁੰਡਿਆਂ ਨੂੰ ਇੱਕ ਦੂਜੇ ਦੇ ਪ੍ਰੇਮ ਜਾਲ ਦੇ ਵਿੱਚ ਫਸਾ ਕੇ ਉਹਨਾਂ ਦਾ ਜਿਹੜਾ ਕਨਵਰਜਨ ਕਰਵਾਇਆ ਜਾ ਰਿਹਾ ਵਾ, ਉਹਦਾ ਤਾਜ਼ਾ ਉਦਾਹਰਣ ਜਿਹੜਾ ਇਹੀ ਆ। ਇੱਕੋ ਦਿਨ ਸੇਮ ਡੇ ਹੀ ਕੁੜੀ ਇੱਥੋਂ ਜਾਂਦੀ ਹੈ, ਸ਼ਨੀਵਾਰ 4 ਤਰੀਕ ਨੂੰ ਇੱਥੋਂ ਗਈ ਆ ਔਰ ਉਸੇ ਹੀ 11:30 ਵਜੇ ਇੱਥੋਂ ਗਈ ਆ। ਬਾਬਾ ਜੀ ਫੜਨਾ ਜ਼ਰਾ, 11:30 ਇੱਥੋਂ ਗਈ ਆ ਔਰ 4 ਤਰੀਕ ਨੂੰ ਉਹਦੀ ਮੈਰਿਜ ਰਜਿਸਟ੍ਰੇਸ਼ਨ ਵੀ ਹੋ ਜਾਂਦੀ ਹੈ। ਇਹ ਤੁਹਾਡੇ ਕੋਲ ਕਿੱਥੇ ਹੱਥ ਲੱਗੇ ਜੀ ਸਾਰੇ? ਇਹ ਸਾਡੇ ਜੀ ਕੋਈ ਆਪਣੇ ਖਾਸ ਹੀ ਸੀਗੇ ਜੀ, ਉਹਨਾਂ ਦੇ ਪਰਿਵਾਰ ਦੇ ਜਿਹੜੇ ਜਿਨ੍ਹਾਂ ਨੇ ਇਨਫੋਰਮੇਸ਼ਨ ਇਹਨਾਂ ਨੂੰ ਦਿੱਤੀ ਆ ਔਰ ਭੇਜੇ ਆ। ਔਰ ਅਸੀਂ ਪ੍ਰਸ਼ਾਸਨ ਕੋਲ ਇਹੀ ਮੰਗ ਕਰਦੇ ਹਾਂ, SSP ਸਾਹਿਬ ਨੂੰ ਵੀ ਮਿਲੇ ਹਾਂ, ਅਸੀਂ ਉਹਨਾਂ ਕੋਲ ਇਹੀ ਮੰਗ ਕੀਤੀ ਹੈ ਕਿ ਜਿਹੜੇ ਇਹ ਡਾਕੂਮੈਂਟ ਆ ਇਹਨਾਂ ਦੀ ਜਾਂਚ ਕਰਾਈ ਜਾਵੇ। ਔਰ ਜਿਹੜਾ ਪਾਸਟਰ ਆ ਉਹ ਘਰੋਂ ਫਰਾਰ ਹੋ ਚੁੱਕਾ ਵਾ ਔਰ ਘਰ ਦੋ ਇੱਕ ਵਾਰੀ ਪਰਿਵਾਰ ਮਿਲਣ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਵੀ ਉਹ ਘਰ ਵੀ ਨਹੀਂ ਮਿਲਦਾ ਪਿਆ। ਔਰ ਅਸੀਂ ਪ੍ਰਸ਼ਾਸਨ ਕੋਲ, SSP ਸਾਹਿਬ ਕੋਲ ਅਸੀਂ ਇਹੀ ਮੰਗ ਕੀਤੀ ਹੈ ਕਿ ਵੀ ਜਿਹੜੇ ਇਹ ਲੋਕ ਜਿਹੜੇ ਆ ਜਿਹੜੇ ਕਨਵਰਜਨ ਕਰਾ ਰਹੇ ਆ, ਲਵ ਜਿਹਾਦ ਦਾ ਜਿਹੜਾ ਕਨਵਰਜਨ ਕਰਾ ਰਹੇ ਆ, ਇਹਨਾਂ 'ਤੇ ਜਿਹੜੀ ਨਕੇਲ ਕਸੀ ਜਾਵੇ ਔਰ ਇਹਨਾਂ 'ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਬਨ ਕਲਾਂ ਤੋਂ ਮੁੰਡੇ ਨੇ ਲੜਕੀ ਭਜਾ ਕੇ ਖੜੀ ਆ, ਪਾਸਟਰ ਨੇ ਸਰ ਦਿੱਤੀ ਇਹਨਾਂ ਨੂੰ, ਸਾਰਾ ਪਾਸਟਰ ਦਾ ਕੰਮ ਆ। ਉਹਨੇ ਸਾਨੂੰ ਨਹੀਂ ਦੱਸਿਆ ਵੀ ਲੜਕੀ ਸਾਡੇ ਕੋਲ ਆ, ਲੜਕੀ ਉਹਨਾਂ ਦੇ ਕੋਲ ਰੱਖੀ ਆ ਪਾਸਟਰ ਕੋਲ। ਹਾਂਜੀ, ਅੱਛਾ, ਪਹਿਲਾਂ ਉਹਨਾਂ ਨੇ ਰੱਖੀ ਸੀ ਆਪਦੇ ਕੋਲ? ਹਾਂਜੀ, ਚਾਰ ਬਾਅਦ ਪਤਾ ਲੱਗਾ ਲੜਕੀ ਵੀ ਲੜਕਾ ਵੀ ਉੱਥੇ ਰਹੇ ਆ। ਅੱਛਾ, 4-5 ਦਿਨ ਚਾਰ ਇਹਨੇ ਸਾਨੂੰ ਖਰਾਬ ਕੀਤਾ ਵਾ।
ਬਾਅਦ 'ਚ ਇਹਨਾਂ ਦੇ ਆ ਪਾਤੇ ਨੇ ਵੀ ਆ ਮੈਰਿਜ ਹੋ ਗਈ ਹੈ। ਤੇ ਹੁਣ ਉਹ ਲੜਕਾ ਤੇ ਲੜਕੀ ਕਿੱਧਰ ਯੂਪੀ ਵਾਲੀ ਸਾਈਡ ਚਲੇ ਗਏ? ਹਾਂਜੀ ਉਧਰ ਚਲੇ ਗਏ ਜੀ। ਮੁੰਡਾ ਵੀ ਇੱਥੋਂ ਦਾ ਰਹਿਣ ਵਾਲਾ ਸੀ? ਹਾਂਜੀ ਇੱਕੇ ਪਿੰਡ ਦੇ ਆ। ਤੇ ਪਾਸਟਰ ਕਿੱਥੋਂ ਦਾ ਰਹਿਣ ਵਾਲਾ? ਪਾਸਟਰ ਚਿੰਤਕੋਟ। ਚਿੰਤਕੋਟ ਕਿਤੇ ਬਾਅਦ ਇੱਥੋਂ ਦਾ ਹੀ ਹੋ ਗਈ? ਹਾਂਜੀ। ਅੱਛਾ ਤੇ ਜਿਹੜਾ ਮੇਰੇ ਨਾਲ ਵੀਰ ਭਰਾ ਤੁਰਦਾ ਉਹਨੂੰ ਵੀ ਦਬਾਉਣ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਦੇ ਵੀ ਕਹਿੰਦੇ ਪਰਚੇ ਕਰਾ ਦੇਣੇ, ਆਹ ਕਰ ਦੇਣਾ, ਉਹ ਕਰ ਦੇਣਾ। ਤੁਹਾਡੀ ਕੁੜੀ ਕਿੰਨੇ ਸਾਲ? ਨਾ ਨਾ ਥਾਣੇ 'ਚ ਸਾਡੀ ਕੋਈ ਚੱਲਣ ਦਿੱਤੀ ਹੈ, ਸੁਣਵਾਈ ਹੋਣ ਦਿੱਤੀ। ਕੁੜੀ ਕਿੰਨੇ ਸਾਲ ਹੈ ਤੁਹਾਡੀ? 22 ਸਾਲ ਦੀ। ਪੂਰੀ ਗੁੰਡਾਗਰਦੀ ਕਰਦੇ? ਹਾਂਜੀ ਗੁੰਡਾਗਰਦੀ ਵਾਲਾ ਕੰਮ ਹੈ ਜੀ। ਮਾਂ ਕੇ ਕਹਿੰਦੇ ਵੀ ਇਹਦੇ ਕੋਲ ਨਾਲ ਨਾ ਤੁਰੇ, ਉਹਨਾਂ ਨੂੰ ਦਬਾਉਣਾ ਚਾਹੁੰਦੇ, ਬਹਾਉਣਾ ਚਾਹੁੰਦੇ ਵੀ ਇਹ ਕੀ ਕਰ ਲੂਗਾ। ਕੱਲ ਘਰੇ ਗਏ ਆ, ਹੱਥ ਪੱਲਾ ਜੋੜਿਆ ਵਾ ਇੰਨੇ ਬੰਦਿਆਂ ਨੇ। ਇਹ ਪਾਸਟਰ ਨੇ ਫਿਰ ਇਹਨਾਂ ਦੀ ਲਵ ਮੈਰਿਜ ਕਰਾਈ ਆ ਤੇ ਉਹ ਮੁੰਡਾ ਕ੍ਰਿਸਚਨ ਭਾਈਚਾਰੇ 'ਚੋਂ? ਹਾਂਜੀ। ਅੱਛਾ ਤੁਸੀਂ ਕਿਹੜੇ? ਅਸੀਂ ਬਾਲਮੀਕ ਸਿੰਘ ਆ। ਬਾਲਮੀਕ ਸਿੰਘ? ਠੀਕ ਠੀਕ। ਗੁਰੂ ਬਾਲਮੀਕ ਨੂੰ ਮੰਨਦੇ ਆ ਤੇ ਇਹਨਾਂ ਧੋਖੇ 'ਚ ਇਹ ਕੰਮ ਕੀਤਾ।